ਪਛੰਦੇ ਆ ਜਾ ਕੇ ਨਾ ਆਪਣਾ ਬਿਜਲੀ ਦਾ ਬਿੱਲ ਭਰ ਕੇ ਬਿਜਲੀ ਘਰ 'ਚ। ਉਹ ਬਿਜਲੀ ਵਾਲੇ ਆਏ ਸੀ, ਉਹ ਕਹਿੰਦੇ ਤੁਸੀਂ ਕੱਲ੍ਹ ਦੇ ਘਰ ਜੇ ਬਿੱਲ ਨਾ ਭਰਿਆ ਤੁਹਾਡਾ ਮੀਟਰ ਪੱਟ ਕੇ ਲੈ ਜਾਣਾ। ਜਾ ਭੱਜ ਮੇਰਾ ਪੁੱਤ, ਜਾ ਛੇਤੀ ਆ ਜਾਏਗਾ, ਜਾ ਭੱਜ। ਸ਼ਾਬਾਸ਼। ਖੁਸ਼ਖਬਰੀ, 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 ਆ ਜਾਓ ਭੈਣੋ ਤੇ ਭਰਾਵੋ, ਵੀਆਰ ਦੀ ਲੋਟਰੀ ਪਾ ਤੇ ਜਿੱਤੋ ਨਵੀਂ ਫ੍ਰੀ ਜਾਂ ਗੱਡੀ ਤੇ ਨਾਲੇ 20,000 ਰੁਪਇਆ ਨਗਦ ਕੈਸ਼। ਆ ਜਾਓ, ਆ ਜਾਓ। ਹੈ 20,000 ਚ ਫ੍ਰੀ ਦਾ ਗੱਡੀ, ਉਹ ਵੀ ਜਮਾਂ ਨਵੀਂ। ਪਰ ਯਾਰ ਆ 20,000 ਤਾਂ ਡੈਡੀ ਨੇ ਬਿੱਲ ਭਰਨ ਨੂੰ ਦਿੱਤੇ ਆ। ਜੇ ਮੈਨੂੰ ਗੱਡੀ ਨਿਕਲ ਆਈ ਨਾ, ਘਰਦਿਆਂ ਦੇ ਤਾਂ ਜ਼ਮੀਨ ਤੇ ਪੈਰ ਨਹੀਂ ਲੱਗਣੇ। ਕੋਈ ਨਾ ਛਿੰਦਿਆ ਪਾ ਦੇ, ਸੋਚਣਾ ਹੋਰ ਨਾ ਕਿਤੇ ਗੱਡੀ ਕੋਈ ਹੋਰ ਲੈ ਦੇ। ਬਾਈ ਜੀ। ਹਾਂਜੀ ਦੱਸੋ। ਆ ਜਿਹੜੀ 20,000 ਵਾਲੀ ਲਾਟਰੀ ਹੈ ਨਾ, ਉਹ ਮੈਂ ਵੀ ਪਾਉਣੀ ਆ। ਹਾਂਜੀ ਹਾਂਜੀ, ਤੁਸੀਂ 20,000 ਰੁਪਇਆ ਜਮ੍ਹਾਂ ਕਰੋ, ਆਪਾਂ ਹੁਣੇ ਪਾ ਦਿੰਦੇ ਤੁਹਾਡੀ ਲਾਟਰੀ। ਆ ਲਓ ਜੀ 20,000 ਰੁਪਇਆ। ਆ ਲਓ ਜੀ ਤੁਹਾਡਾ ਕੁੱਪਣ, ਇਹਦਾ ਰਿਜ਼ਲਟ ਕੱਲ ਨੂੰ ਆਊਗਾ। ਜੇ ਤੁਹਾਡੇ ਕਿਸਮਤ 'ਚ ਬਰੀਜ਼ਾ ਗੱਡੀ ਹੋਈ ਤਾਂ ਫਿਰ ਤੁਹਾਡੇ ਘਰੇ ਪਹੁੰਚ ਜੂਗੀ। ਤੁਸੀਂ ਆਪਦਾ ਇੱਕ ਵਾਰੀ ਐਡਰੈਸ ਲਿਖ ਦਿਓ। ਕਾਸ਼ ਰੱਬ ਤੇਰੀ ਜ਼ਬਾਨ 'ਚੋਂ ਨਿਕਲੇ ਬੋਲ ਸੱਚ ਕਰ ਦੇਵੇ। ਚੰਗਾ ਬਾਈ, ਮੈਂ ਚੱਲਦਾ। ਆ ਗਿਆ ਪੁੱਤ, ਭਰਿਆ ਬਿੱਲ? ਨਹੀਂ ਡੈਡੀ ਜੀ। ਕਿਉਂ? ਡੈਡੀ ਜੀ ਰਾਸਤੇ ਤੇ ਨਾ ਇੱਕ ਲੱਕੀ ਡਰਾਈਵਰ ਵਾਲਾ ਨਾ 20,000 ਚ ਬਰੀਜ਼ਾ ਗੱਡੀ ਕੱਢ ਰਿਹਾ ਸੀ। ਤੇ ਫੇਰ ਉਹ ਕਹਿੰਦਾ ਕੱਲ ਨੂੰ ਰਿਜ਼ਲਟ ਨਿਕਲੂਗਾ, ਜੇ ਤੇਰੀ ਕਿਸਮਤ 'ਚ ਗੱਡੀ ਹੋਈ ਨਾ ਹਾਰ ਲਾ ਕੇ ਤੇਰੇ ਘਰੇ ਭੇਜਾਂਗੇ। ਮੈਂ ਫਿਰ 20,000 ਦੀ ਲਾਟਰੀ ਪਾਇਆ, ਬਿੱਲ ਬੁੱਲ ਨਹੀਂ ਭਰ ਕੇ ਆਇਆ। ਨਾਲੇ ਇੱਕ ਗੱਲ ਹੋਰ, ਉਹ ਕਹਿੰਦੇ ਸੀ ਗੱਡੀ ਦੇ ਨਾਲ ਨਾਲ 20,000 ਰੁਪਇਆ ਇਨਾਮ ਵੀ ਦੇਵਾਂਗੇ, ਉਹਦਾ ਆਪਾਂ ਬਿੱਲ ਭਰ ਦੇਵਾਂਗੇ। ਖੜ ਜਾ, ਤੇਰੀ ਤਾਂ ਮੈਂ ਭੋਣਾ ਲਾਟਰੀ। ਮੇਰੀ ਲਾਟਰੀ ਵਾਲੀ ਗੱਡੀ! ਡੈਡੀ, ਡੈਡੀ, ਭੱਜ ਕੇ ਆ ਡੈਡੀ! ਕੀ ਹੋ ਗਿਆ? ਉਹਨਾਂ ਰੁਕ ਜਾ, ਕੀ ਹੋ ਗਿਆ? ਡੈਡੀ ਮੈਂ ਤੈਨੂੰ ਕਿਹਾ ਸੀ ਨਾ ਲਾਟਰੀ ਵਾਲੀ ਗੱਡੀ ਆਪਾਂ ਨੂੰ ਨਿਕਲੂਗੀ, ਆ ਦੇਖ ਲਾ ਆ ਗਈ ਬਾਹਰ 'ਚ। ਉਹ ਤੇਰੀ ਆਪਣੀ ਗੱਡੀ ਆ? ਹਾਂ ਡੈਡੀ, ਆਪਣੀ ਗੱਡੀ ਆ। ਪੁੱਤ ਮੈਨੂੰ ਮਾਫ ਕਰ ਦੇ, ਮੈਂ ਰਾਤ ਤੈਨੂੰ ਬਹੁਤ ਕੁੱਟਿਆ। ਮੈਨੂੰ ਕੀ ਪਤਾ ਸੀ ਮੇਰਾ ਪੁੱਤ 20,000 ਦੀ ਲਾਟਰੀ ਪਾ ਕੇ ਆ 20 ਲੱਖ ਦੀ ਗੱਡੀ ਲਿਆਊਗਾ। ਜਿਉਂਦਾ ਰਹਿ ਪੁੱਤਰਾ, ਮੇਰੀ ਉਮਰ ਵੀ ਤੈਨੂੰ ਲੱਗ ਜੇ, ਰੱਬ ਤੇਰੇ ਵਰਗਾ ਪੁੱਤ ਹਰ ਘਰ 'ਚ ਦੇਵੇ। ਡੈਡੀ ਹੁਣ ਪੁਰਾਣੀਆਂ ਗੱਲਾਂ ਛੱਡ, ਆਇਆ ਮੈਂ ਤੈਨੂੰ ਗੱਡੀ ਝੂਟਾ ਦਵਾਵਾਂ। ਚੱਲ ਚੱਲ ਚੱਲ। ਬਾਈ ਜੀ ਹੁਣ ਤੁਸੀਂ ਬਾਹਰ ਨਿਕਲੋ, ਮੈਂ ਲਾਟਰੀ ਵਾਲੀ ਗੱਡੀ ਛਾਣ ਮੈਂ ਆਪਦੇ ਡੈਡੀ ਨੂੰ ਝੂਟਾ ਦਵਾਣਾ। ਭਰਾਵਾ ਕਿਹੜੀ ਲਾਟਰੀ, ਹੋਈ ਤਾਂ ਬਿਜਲੀ ਵਾਲੇ ਆ, 2 ਮਹੀਨੇ ਹੋ ਗਏ ਤੁਸੀਂ ਬਿੱਲ ਨਹੀਂ ਭਰਿਆ, ਅੱਜ ਤਾਂ ਤੁਹਾਡਾ ਮੀਟਰ ਪੱਟਣ ਆਏ ਆ। ਹਾਂਜੀ, ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਇਸ ਟਾਈਮ ਮੈਨੂੰ ਲੱਗਦਾ ਦੁਪਹਿਰ ਦੇ 2 ਵੱਜ ਗਏ ਆ, ਅਤੇ 2 ਵਜੇ ਦੁਪਹਿਰੇ ਅਸੀਂ ਸ਼ੂਟ ਕਰ ਰਹੇ ਹਾਂ। ਕਿਹਦੇ ਵਾਸਤੇ ਕਰ ਰਹੇ? ਸਿਰਫ ਤੁਹਾਡੇ ਵਾਸਤੇ, ਤੁਹਾਨੂੰ ਹਸਾਉਣ ਵਾਸਤੇ। ਕੋਸ਼ਿਸ਼ ਕਰਦੇ ਹੁੰਦੇ ਵੀ ਅਸੀਂ ਹਰੇਕ ਵੀਡੀਓ ਦੇ ਵਿੱਚ ਕਦੇ ਕਦੇ ਮੈਸੇਜ ਵੀ ਲੈ ਕੇ ਆਈਏ, ਅਤੇ ਜ਼ਿਆਦਾਤਰ ਸਾਡੀ ਕੋਸ਼ਿਸ਼ ਇਹਦੇ ਵੀ ਲੋਕਾਂ ਨੂੰ ਹਸਾਉਣ ਦੀ ਹੈ ਨਾ, ਅਤੇ ਲੋਕ ਬਹੁਤ ਪਰੇਸ਼ਾਨ ਹੁੰਦੇ ਘਰਾਂ ਦੇ ਵਿੱਚ। ਅਤੇ ਜੇ ਸਾਡੀ ਇੱਥੇ ਵੀਡੀਓ ਤੁਹਾਨੂੰ ਵਾਕਈ ਵਧੀਆ ਲੱਗਦੀ ਆ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ, ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ। ਉਹਦੇ ਨਾਲ ਕੀ ਹੁੰਦਾ, ਸਾਡਾ ਨਾ ਹੌਸਲਾ ਵੱਧਦਾ, ਜਦੋਂ ਤੁਸੀਂ ਕਮੈਂਟ ਕਰਦੇ ਨਾ ਸਾਨੂੰ ਮਤਲਬ ਦਿਲ ਖੁਸ਼ੀ ਮਿਲਦੀ ਆ। ਅਤੇ ਤੁਸੀਂ ਕੁਛ ਕਹਿਣਾ ਚਾਹੁੰਦੇ ਆ? ਨਹੀਂ। ਦੇਖ ਲਓ ਨੂਰ, ਤੂੰ ਕੁਛ ਕਹਿਣਾ? ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਸ਼ੇਅਰ ਤੁਸੀਂ ਜੇ ਪੱਖੇ ਥੱਲੇ ਬਹਿ ਕੇ ਯਾਰ ਸ਼ੇਅਰ ਕਰ ਦੋਗੇ ਤੁਹਾਡਾ ਕੀ ਕਰਦਾ ਯਾਰ, ਪਰ ਸ਼ੇਅਰ ਕਰ ਦਿਆ ਕਰੋ। ਅਤੇ ਥੈਂਕ ਯੂ ਸੋ ਮਚ, ਅਤੇ ਇੱਦਾਂ ਹੀ ਤੁਹਾਨੂੰ ਵਧੀਆ ਵਧੀਆ ਵੀਡੀਓ ਦਿਖਾਉਂਦੇ ਰਹਾਂਗੇ। ਧੰਨਵਾਦ।